7 ਦਿਨੀ ਭਾਰਤ ਦੌਰੇ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਿੱਲੀ, ਮੁੰਬਈ, ਆਗਰਾ, ਅਹਿਮਦਾਬਾਦ ਤੇ ਅੰਮ੍ਰਿਤਸਰ ਦਾ ਕਰਨਗੇ ਦੌਰਾ। ਸ਼੍ਰੀ ਹਰਿਮੰਦਰ ਸਾਹਿਬ ਚ ਹੋਣਗੇ ਨਤਮਸਤਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ਤੇ ਹੋਵੇਗਾ ਵਿਚਾਰ। ਦੇਖੋ ਟਰੂਡੋ ਦੇ ਭਾਰਤ ਦੌਰੇ ਦੀ ਪੂਰੀ ਰਿਪੋਰਟ ਸਿਰਫ ਅਜੀਤ ਵੈਬ ਟੀਵੀ ਤੇ।